नमस्कार, मैं हूं राज पांडे। आप देख रहे हैं सीएन न्यूज। आइए देखते हैं आज की खास खबर। अमृतसर के मानवाला स्थित कोऑपरेटिव बैंक को देर रात दो चोरों ने निशाना बनाया और बैंक के ताले तोड़कर बैंक के अंदर दाखिल हुए, लेकिन इससे पहले कि चोर फरार हो पाते, पुलिस मौके पर पहुंच गई और चोर पुलिस की गिरफ्त में आ गए। एक युवक तो मौके से फरार हो गया। पुलिस ने फिलहाल मामला दर्ज कर जांच शुरू कर दी है। संधू जी, ब्रांच मैनेजर मानवाला कोऑपरेटिव बैंक जी। हां जी, की गल हुई जी? अज्ज ਇਹ ਜੀ ਮੈਨੂੰ ਸਿਰੇ 5:16 ਤੇ ਫੋਨ ਆਇਆ ਜਸਵਿੰਦਰ ਸਿੰਘ ਹੋਣਾ ਦਾ, ਏਐਸਆਈ ਦਾ। ਹਾਂਜੀ। ਵੀ ਤੁਹਾਡੀ ਬ੍ਰਾਂਚ ਦੇ ਜਿਹੜੇ ਆ ਤਾਲੇ ਟੁੱਟੇ ਆ ਜੀ। ਠੀਕ ਹੈ ਜੀ। ਅਤੇ ਮੈਂ 5 ਮਿੰਟ 'ਚ ਪਹੁੰਚ ਗਿਆ ਜੀ ਇੱਥੇ, ਆ ਕੇ ਵੇਖਿਆ ਵਾਕਈ ਆ ਬਾਹਰਲੇ ਜਿਹੜੇ ਤਾਲੇ ਸਾਡੇ ਸ਼ਟਰ ਦੇ ਆ ਸਾਰੇ ਟੁੱਟੇ ਸੀਗੇ। ਅੰਦਰ ਆਇਆ ਵੇਖਿਆ ਮੌਕੇ 'ਤੇ ਅਲਮਾਰੀਆਂ ਦੇ ਤਾਲੇ ਵੀ ਟੁੱਟੇ ਆ। ਹਾਂਜੀ। ਕੈਸ਼ ਸੇਫ ਨੂੰ ਵੀ ਸੇੜਿਆ ਇਹਨਾਂ ਨੇ, ਤੋੜਨ ਦੀ ਕੋਸ਼ਿਸ਼ ਕੀਤੀ ਆ ਜੀ। ਕਿੰਨਾ ਕੈਸ਼ ਜੀ ਵਿੱਚ? ਕੈਸ਼ ਸਾਡੇ ਕੋਲ ਹੈਗਾ ਜੀ 5-6 ਲੱਖ ਰੁਪਈਆ ਸੀਗਾ। ਅੱਛਾ ਜੀ। ਪਰ ਉਹ ਸੇਫ ਆ ਜੀ ਸਾਡਾ। ਠੀਕ ਹੈ ਜੀ। ਕਿੰਨੇ ਬੰਦੇ ਆਏ ਜੀ ਅੰਦਰ? ਇਹ ਜੋ ਕੈਮਰਿਆਂ ਵੇਖਣ ਤੇ ਸਾਨੂੰ ਪਤਾ ਲੱਗਾ ਜੀ 2 ਬੰਦੇ ਆਏ ਜਿਨ੍ਹਾਂ ਨੇ ਕਾਰਵਾਈ ਪਾਈ ਆ। ਹਾਂਜੀ। ਤੇ ਬਾਅਦ ਚੋਂ ਪੁਲਿਸ ਜਿਹੜੀ ਆ ਉਹ ਮੌਕੇ ਤੇ ਪਹੁੰਚ ਗਈ ਆ ਜੀ। ਸਾਹਮਣੇ ਚੌਕੀਦਾਰ ਸੀ, ਉਹਨੇ ਫੋਨ ਕਰਤਾ ਪੁਲਿਸ ਨੂੰ। ਅੱਛਾ ਜੀ। ਤੇ ਪੁਲਿਸ ਵਾਲਿਆਂ ਨੂੰ ਪਤਾ ਲੱਗਾ ਜੀ ਇੱਕ ਬੰਦਾ ਇਹਨਾਂ ਨੇ ਫੜ ਲਿਆ। ਬੰਦੇ ਕਿੰਨੇ ਆਏ ਅੰਦਰ? 2 ਆਏ? 2 ਬੰਦੇ ਆਏ ਜੀ ਅੰਦਰ। ਇੱਕ ਫਰਾਰ ਹੋ ਗਿਆ? ਇੱਕ ਫਰਾਰ ਹੋ ਗਿਆ, ਇੱਕ ਫੜਿਆ ਗਿਆ ਜੀ। ਠੀਕ ਹੈ ਜੀ। ਤੇ ਬਾਕੀ ਗਾਂ ਜਿਹੜੀ ਪੁਲਿਸ ਕਾਰਵਾਈ ਉਹ ਚੱਲ ਰਹੀ ਆ ਜੀ। ਮਾਨਾਲੇ ਬੈਂਕ ਜਿਹੜੀ ਕੋਆਪਰੇਟ ਬੈਂਕ ਬ੍ਰਾਂਚ ਆ ਇਹਦੇ ਤਾਲੇ ਟੁੱਟੇ ਆ ਜੀ। ਹਾਂਜੀ। ਜਦੋਂ ਅਸੀਂ ਇੱਥੇ ਮੌਕੇ 'ਤੇ ਪਹੁੰਚੇ ਹਾਂ, ਰਾਤ ਹੀ ਆ ਗਏ ਹਾਂ, ਅਤੇ ਆਉਂਦਿਆਂ ਨੂੰ 2 ਮੁੰਡੇ ਜਿਹੜੇ ਸਾਨੂੰ ਗੱਡੀਆਂ ਦੀ ਆਵਾਜ਼ ਸੁਣ ਕੇ ਜਿਹੜੇ ਭੱਜਣ ਲੱਗੇ, ਜਿਨ੍ਹਾਂ 'ਚੋਂ ਇੱਕ ਨੂੰ ਅਸੀਂ ਕਾਬੂ ਕਰ ਲਿਆ ਵਾ ਅਤੇ ਬਾਕੀ ਇੱਕ ਭੱਜ ਗਿਆ ਜੀ। ਕੀ ਹਥਿਆਰ ਸੀ ਜਿਹੜੇ ਉਹ ਬੈਂਕ ਦੇ ਅੰਦਰ ਦਾਖਲ ਹੋਏ? ਕਿਹੜੀਆਂ ਚੀਜ਼ਾਂ? ਉਹ ਸਾਨੂੰ ਇੱਕ ਰਾਡ ਮਿਲੀ ਆ ਜੀ ਅਤੇ ਇੱਕ ਪੇਚਕਸ ਮਿਲਿਆ ਜੀ। ਕਿੰਨੇ ਬੰਦੇ ਕਾਬੂ ਕੀਤੇ ਜੀ? ਇੱਕ ਬੰਦਾ ਕਾਬੂ ਕੀਤਾ ਜੀ। ਸੀਸੀ ਫੁਟੇਜ ਕਿੰਨੇ ਬੰਦੇ ਆਏ ਆਪਣੇ? ਉਹ ਸੀਸੀ ਫੁਟੇਜ ਚੈੱਕ ਕੀਤੀ, ਉਹ 'ਚ 2 ਬੰਦੇ ਬੈਂਕ ਦੇ ਅੰਦਰ ਦਾਖਲ ਹੋਏ ਆ। ਅੱਛਾ ਜੀ। ਦੱਸਿਆ ਕੁਛ ਉਹਨਾਂ ਨੇ ਜੀ? ਨਹੀਂ, ਅਜੇ ਉਹ ਨਸ਼ੇ ਦੀ ਹਾਲਤ 'ਚ ਬੰਦਾ, ਕੋਈ ਆਪਣੇ ਅਜੇ ਨਾਂ ਨੂੰ ਨਹੀਂ ਦੱਸਣ ਡਿਆ। ਅਜੇ ਉਹਦੇ ਕੋਲ ਕੋਸ਼ਿਸ਼ ਕਰਕੇ ਫਿਰ ਪਤਾ ਲੱਗੂਗਾ ਵੀ ਕੋਈ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ? ਬਚਾਅ ਹੋ ਗਿਆ ਜੀ, ਬਿਲਕੁਲ ਬਚਾਅ ਹੋ ਗਿਆ ਜੀ। ਸਾਰਾ ਸੇਫ ਹੈ? ਹਾਂਜੀ ਸਰ, ਸੇਫ ਵਗੈਰਾ ਸਾਰਾ ਜੀ। ਠੀਕ ਸਰ। ਮਾਰਕੀਟ ਦੇ ਵਿੱਚ ਕੋਈ ਚੌਂਕੀਦਾਰ ਹੈਗਾ? ਹੈਗਾ ਜੀ, ਇੱਥੇ ਅੱਡੇ 'ਤੇ ਇਹਨਾਂ ਦੀ ਕਾਫੀ ਸਾਨੂੰ ਹੈਲਪ ਮਿਲੀ ਹੈ ਰਾਤੀ। ਇਹਨਾਂ ਨੇ ਸਾਰਾ ਚੌਂਕੀਦਾਰ ਹੋਰ ਬੰਦੇ 2-4 ਪਿੰਡ ਦੇ ਇਕੱਠੇ ਹੋ ਗਏ ਅਤੇ ਫੜਨ ਦੀ ਕੋਸ਼ਿਸ਼ ਕੀਤੀ, ਪਰ ਚਲੋ ਇੱਕ ਕਾਬੂ ਆਇਆ, ਇੱਕ ਭੱਜ ਗਿਆ। ਕੀ ਕਾਰਵਾਈ ਕਰ ਰਹੇ ਜੀ ਹੁਣ? ਹੁਣ ਅਸੀਂ ਆਪਣੇ ਬੈਂਕ ਮੈਨੇਜਰ ਨੇ ਉਹਨਾਂ ਦੇ ਸਟੇਟਮੈਂਟ ਲੈ ਲਈ ਆ ਅਤੇ FIR ਦਰਜ ਕਰਕੇ ਅਤੇ ਅਗਲੀ ਤਫਤੀਸ਼ ਆਪਾਂ ਜਿਹੜੀ ਆ ਕਰ ਰਹੇ ਹਾਂ। ਠੀਕ ਸਰ। ਮੁਜਰਮ ਬੈਂਕ ਦੇ ਅੰਦਰੋਂ ਕਾਬੂ ਹੋਇਆ ਕਿ ਜਾਂ ਬਾਹਰੋਂ? ਨਹੀਂ, ਬਾਹਰੋਂ ਹੋਇਆ ਜੀ, ਬਾਹਰੋਂ। ਅੱਛਾ। ਬਾਹਰੋਂ ਭੱਜਦੇ ਸਮੇਂ ਕਾਬੂ ਕੀਤਾ ਜੀ। ਠੀਕ ਠੀਕ ਓਕੇ।